ਸਾਤਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕਰ ਅੱਜ ਇਸ ਖਾਸ ਬੁਲੇਟਿਨ ਵਿੱਚ ਤੁਹਾਨੂੰ ਦੱਸਾਂਗੇ ਅੱਜ ਵਿੱਤੀ ਸਾਲ ਜਿਹੜਾ ਚੜਿਆ ਹੈ ਉਸ ਦਿਨ ਦੀਆਂ ਕੀ ਨਵੀਆਂ ਖਬਰਾਂ ਨੇ 1 ਅਪ੍ਰੈਲ ਤੋਂ ਹਰ ਸਾਲ ਫਾਈਨੈਂਸ਼ੀਅਲ ਇਅਰ ਮੰਨਿਆ ਜਾਂਦਾ ਹੈ ਤੇ ਅੱਜ ਦੇ ਦਿਨ ਤਕਰੀਬਨ ਬੈਂਕਾਂ ਦੇ ਵਿੱਚ ਵੀ ਛੁੱਟੀ ਹੁੰਦੀ ਹੈ ਕਿਉਂਕਿ ਬੈਂਕਾਂ ਦਾ ਇਹੀ ਨਵਾਂ ਸਾਲ ਹੁੰਦਾ ਹੈ ਅੱਜ 1 ਅਪ੍ਰੈਲ ਨੂੰ ਨਵੇਂ ਵਿੱਤੀ ਸਾਲ ਮੌਕੇ ਸਾਡੀ ਤੁਹਾਡੀ ਸਭ ਦੀ ਜ਼ਿੰਦਗੀ ਦੇ ਨਾਲ ਜੁੜੇ ਕਈ ਵੱਡੇ ਬਦਲਾਅ ਹੋਏ ਨੇ ਇੱਕ ਇੱਕ ਕਰਕੇ ਤੁਹਾਨੂੰ ਦੱਸਦੇ ਹਾਂ ਪਹਿਲੀ ਤਰ੍ਹਾਂ ਆਰਾਹਤ ਵਾਲੀ ਖਬਰ ਇਹ ਹੈ ਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 32 ਰੁਪਏ ਦੀ ਅੱਜ ਕਟੌਤੀ ਕੀਤੀ ਗਈ ਹੈ ਹਾਲਾਂਕਿ ਇਸ ਦੇ ਨਾਲ ਸਿੱਧੇ ਤੌਰ ਤੇ ਜਨਤਾ ਨੂੰ ਰਾਹਤ ਨਹੀਂ ਮਿਲੀ ਪਰ ਅਸਿੱਧੇ ਤੌਰ ਤੇ ਇਸ ਨੂੰ ਰਾਹਤ ਕਿਹਾ ਜਾ ਸਕਦਾ ਹੈ ਚੀਜ਼ ਦੀ ਕੀਮਤ ਸਸਤੀ ਭਾਵੇਂ ਨਾ ਹੋਵੇ ਪਰ ਇਸ ਦੇ ਵਧਨ ਤੇ ਜ਼ਰੂਰ ਰੋਕ ਲੱਗੇਗੀ ਅੱਜ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ 45 ਦਿਨਾਂ ਦੇ ਅੰਦਰ ਖਰੀਦ ਦਾ ਕੰਮ ਮੁਕੰਮਲ ਕੀਤਾ ਜਾਏਗਾ ਪਰ ਫਸਲਾਂ ਵੇਚ ਗਈਆਂ ਜਿਨ੍ਹਾਂ ਨੂੰ ਸੁੱਕਣ ਲਈ ਸਮਾਂ ਲੱਗੇਗਾ ਇਸ ਕਰਕੇ ਮੰਡੀਆਂ ਦੇ ਵਿੱਚ ਫਸਲ ਪਹੁੰਚਣ ਦੇ ਵਿੱਚ ਥੋੜੀ ਦੇਰੀ ਹੋ ਸਕਦੀ ਹੈ ਮਜ਼ਦੂਰਾਂ ਨੇ ਮੰਡੀ ਵਿੱਚ ਠੇਕੇਦਾਰੀ ਰਵਾਇਤ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਜਿਸ ਦੀ ਵਜ੍ਹਾ ਕਰਕੇ ਮਜ਼ਦੂਰਾਂ ਨੇ ਕਣਕ ਦੀ ਲੋਡਿੰਗ ਤੇ ਅਨਲੋਡਿੰਗ ਦਾ ਬਾਈਕਾਟ ਵੀ ਕਈ ਥਾਵਾਂ ਤੇ ਕੀਤਾ ਹੈ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਕੱਲ ਤੋਂ ਤਿੰਨ ਨਵੀਆਂ ਉਡਾਣਾਂ ਸ਼ੁਰੂ ਹੋ ਜਾਣੀਆਂ ਗਰਮੀਆਂ ਲਈ ਜਾਰੀ ਕੀਤੀ ਗਈ ਸਕੇਡਿਊਲ ਦੇ ਵਿੱਚ ਜੰਮੂ ਧਰਮਸ਼ਾਲਾ ਤੇ ਦਿੱਲੀ ਦੇ ਲਈ ਇਹ ਉਡਾਣਾਂ ਮੰਗਲਵਾਰ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਇਸ ਦੇ ਲਈ 에ਅਰਲਾਈਨਸ ਕੰਪਨੀਆਂ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਉਡਾਣਾਂ ਦੇ ਲਈ ਸਟਾਲ ਵੀ ਲਾਏ ਗਏ ਨੇ ਤੇ ਸ਼ਾਰਜਾ ਲਈ ਵੀ ਇੱਥੋਂ ਮੋੜ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੁਬਈ ਦੇ ਸ਼ਾਰਜਾ ਦੇ ਲਈ ਇਹ ਉਡਾਣਾਂ ਸ਼ੁਰੂ ਹੋਈਆਂ ਨੇ ਕੱਲ ਤੋਂ ਪੰਜਾਬ ਦੇ ਵਿੱਚ ਦੋ ਟੋਲ ਪਲਾਜ਼ਾ ਵੀ ਬੰਦ ਹੋ ਜਾਣਗੇ ਜਿਨ੍ਹਾਂ ਦਾ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਤੇ ਟੋਲ ਟੈਕਸ ਦੀ ਦਰ 5 ਰੁਪਏ ਤੋਂ 35 ਰੁਪਏ ਤੱਕ ਵਧਾਵੀਂ ਦਿੱਤੀ ਗਈ ਹੈ ਅੱਜ 1 ਅਪ੍ਰੈਲ ਤੋਂ ਵਧੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ 6 ਮਹੀਨਿਆਂ ਦੇ ਵਿੱਚ ਤੀਜੀ ਵਾਰੀ ਵਧੇ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਲੋਕਾਂ ਵਿੱਚ ਕਾਫੀ ਗੁੱਸਾ ਸੀ ਕੱਲਾ ਲਾਡੋਵਾਲ ਹੀ ਨਹੀਂ ਦੇਸ਼ ਦੇ ਵਿੱਚ ਕਈ ਨੈਸ਼ਨਲ ਹਾਈਵੇਜ਼ ਤੇ ਟੋਲ ਰੇਟ ਵਧੇ ਨੇ ਪੰਜਾਬ ਦੇ ਮਾਪਿਆਂ ਤੇ ਵਿਦਿਆਰਥੀਆਂ ਦੇ ਲਈ ਜ਼ਰੂਰੀ ਖਬਰ ਹੈ ਕਿ ਅੱਜ ਪੰਜਵੀਂ ਦੇ ਬੋਰਡ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੁਸੀਂ ਆਨਲਾਈਨ ਨਤੀਜੇ ਦੇਖ ਸਕਦੇ ਹੋ pcseb.ac.in ਵੈੱਬਸਾਈਟ 'ਆ ਬੋਰਡ ਦੀ ਇਸ ਤੇ ਤੁਸੀਂ ਜਾ ਕੇ ਨਤੀਜਾ ਵੇਖ ਸਕਦੇ ਹੋ ਇਹਦੇ ਲਈ ਤੁਹਾਨੂੰ ਵੈੱਬਸਾਈਟ ਦੇ ਵਿੱਚ ਆਪਣਾ ਰੋਲ ਨੰਬਰ ਤੇ ਜਨਮ ਤਰੀਕ ਭਰਨੀ ਪਊਗੀ ਪੰਜਾਬ ਦੇ ਵਿੱਚ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਉਪਭੋਗਤਾਵਾਂ ਦੇ ਲਈ ਜ਼ਰੂਰੀ ਖਬਰ ਹੈ ਦਰਅਸਲ ਵਿਆਜ ਪੈਨਲਟੀ ਦੀ ਮਾਫੀ ਵਾਲੇ ਫੈਸਲੇ ਦੀ ਡੈਡਲਾਈਨ 31 ਮਾਰਚ ਨੂੰ ਖਤਮ ਹੋ ਗਈ ਹੈ ਤੇ ਹੁਣ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ 18 ਫੀਸਦੀ ਅੱਜ ਅਤੇ 20% ਦੀ ਪੈਨਲਟੀ ਲੱਗੇਗੀ ਟੈਕਸ ਭਰਨ ਦੇ ਤਰੀਕੇ ਦੇ ਵਿੱਚ ਵੀ ਵੱਡਾ ਬਦਲਾਅ ਹੋ ਗਿਆ ਹੈ ਨਵੇਂ ਵਿੱਤੀ ਸਾਲ ਤੋਂ ਆਪਣੀ ਪਸੰਦ ਦੀ ਟੈਕਸ ਪ੍ਰਣਾਲੀ ਦੀ ਚੋਣ ਕਰਨ ਦੀ ਆਜ਼ਾਦੀ ਭਾਵੇਂ ਤੁਹਾਨੂੰ ਹੈ ਪਰ ਨਵੀਂ ਟੈਕਸ ਪ੍ਰਣਾਲੀ ਨਵੇਂ ਵਿੱਤੀ ਸਾਲ ਦੇ ਵਿੱਚ ਡਿਫਾਲਟ ਟੈਕਸ ਪ੍ਰਣਾਲੀ ਨਹੀਂ ਬਣੀ ਹੈ ਇਹ ਲਾਜ਼ਮੀ ਨਹੀਂ ਹੈ ਕਿ ਡਿਫਾਲਟ ਤੁਹਾਨੂੰ ਉਹੀ ਸ਼ੋ ਹੋਵੇਗਾ ਤੁਹਾਡੇ ਮੂਰੇ ਪੁਰਾਣੀ ਟੈਕਸ ਪ੍ਰਣਾਲੀ ਦੀ ਆਪਸ਼ਨ ਵੀ ਆਵੇਗੀ ਇਸ ਲਈ ਤੁਸੀਂ ਟੈਕਸ ਰਿਟਰਨ ਜਦੋਂ ਭਰੋਗੇ ਤਾਂ ਤੁਸੀਂ ਧਿਆਨ ਤੁਹਾਨੂੰ ਧਿਆਨ ਦੇਣਾ ਪਵੇਗਾ ਜੇ ਤੁਸੀਂ ਇਨਕਮ ਟੈਕਸ ਰਿਟਰਨ ਭਰਦੇ ਸਮੇਂ ਪੁਰਾਣੀ ਪ੍ਰਣਾਲੀ ਦੀ ਚੋਣ ਕੀਤੀ ਹੈ ਤਾਂ ਨਵੀਂ ਪ੍ਰਣਾਲੀ ਦੇ ਵਿੱਚ ਤੁਸੀਂ ਨਹੀਂ ਆਉਂਗੇ EPFO ਦੇ ਵਿੱਚ ਵੀ ਬਦਲਾਅ ਹੋਇਆ ਜੇ ਕੋਈ ਕਰਮਚਾਰੀ ਨਵੇਂ ਵਿੱਤੀ ਸਾਲ ਦੇ ਵਿੱਚ ਨੌਕਰੀ ਬਦਲਦਾ ਹੈ ਤਾਂ ਉਸ ਦਾ ਕਰਮਚਾਰੀ ਭਵਿੱਖ ਨਿਧੀ ਸੰਗਠਨ ਖਾਤਾ ਆभी ਨਵੀਂ ਕੰਪਨੀ ਵਿੱਚ ਤਬਦੀਲ ਹੋ ਜਾਏਗਾ ਹੁਣ ਤੱਕ ਕਰਮਚਾਰੀ ਨੂੰ ਖਾਤਾ ਟਰਾਂਸਫਰ ਕਰਨ ਦੇ ਲਈ ਬੇਨਤੀ ਕਰਨੀ ਪੈਂਦੀ ਸੀ ਫਾਸਟੈਗ ਦਾ ਜੇ ਤੁਸੀਂ 31 ਮਾਰਚ ਤੱਕ KYC ਨਹੀਂ ਕਰਵਾਇਆ ਤਾਂ ਤੁਹਾਨੂੰ ਟੋਲ ਭਰਨਾ ਮੁਸ਼ਕਲ ਹੋ ਜਾਊਗਾ ਅੱਜ ਤੋਂ ਤੁਹਾਡਾ ਫਾਸਟੈਗ ਬੰਦ ਹੋ ਜਾਊਗਾ ਪਹਿਲਾਂ 29 ਫਰਵਰੀ ਅਖੀਰੀ ਤਾਰੀਖ ਸੀ ਪਰ ਫਿਰ ਇਸ ਨੂੰ 31 ਮਾਰਚ ਤੱਕ ਵਧਾਇਆ ਗਿਆ ਹੁਣ ਤਾਰੀਖ ਵਧਾਉਣ ਦੀ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ NPS ਖਾਤੇ ਦੇ ਵਿੱਚ ਲੌਗਇਨ ਕਰਨ ਦੇ ਨਿਯਮ ਵੀ ਅੱਜ ਤੋਂ ਬਦਲ ਗਏ ਨੇ ਹੁਣ NPS ਖਾਤੇ ਵਿੱਚ ਲੌਗਇਨ ਕਰਨ ਲਈ ਤੁਹਾਨੂੰ ਆਈਡੀ ਪਾਸਵਰਡ ਦੇ ਨਾਲ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਤੇ ਪ੍ਰਾਪਤ ਹੋਇਆ OTP ਵੀ ਦਰਜ ਕਰਨਾ ਹੋਵੇਗਾ SBI ਡੈਬਿਟ ਕਾਰਡ ਦੀ ਸਾਲਾਨਾ ਮੇਨਟੇਨੈਂਸ ਫੀਸ ਵੀ ਅੱਜ ਤੋਂ ਵਧ ਗਈ ਹੈ SBI ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ਤੇ ਪ੍ਰਾਪਤ ਹੋਣ ਵਾਲੇ ਇਨਾਮੀ ਪੁਆਇੰਟ ਵੀ ਅੱਜ ਤੋਂ ਉਪਲਬਧ ਨਹੀਂ ਹੋਣਗੇ ਉਦੋਂ ICICI ਤੇ Yes Bank ਨੇ ਗਾਹਕਾਂ ਨੂੰ ਤੋਹਫ਼ਾ ਦਿੱਤਾ ਹੈ ICICI ਬੈਂਕ ਅੱਜ ਤੋਂ ਮੁਫਤ 에어ਪੋਰਟ ਲਾਉਂਜ ਐਕਸੈਸ ਸ਼ੁਰੂ ਕਰ ਰਿਹਾ ਹੈ ਸਹੂਲਤ ਉਹਨਾਂ ਲੋਕਾਂ ਨੂੰ ਮਿਲੇਗੀ ਜੋ ਕ੍ਰੈਡਿਟ ਕਾਰਡ ਤੇ ਇੱਕ ਤਿਮਾਹੀ ਦੇ ਵਿੱਚ 35000 ਤੱਕ ਦਾ ਖਰਚਾ ਕਰਦੇ ਨੇ ਜੈਸ ਬੈਂਕ ਇੱਕ ਤਿਮਾਹੀ ਦੇ ਵਿੱਚ 10000 ਰੁਪਏ ਖਰਚ ਕਰਨ ਤੇ ਘਰੇਲੂ ਹਵਾਈ ਅੱਡਿਆਂ ਤੇ ਲਾਉਂਚ ਦੀ ਸਹੂਲਤ ਪ੍ਰਦਾਨ ਕਰੇਗਾ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਪਾਣੀ ਦੀਆਂ ਕੀਮਤਾਂ 'ਚ 5% ਦਾ ਵਾਧਾ ਹੋ ਗਿਆ ਇਹ ਵਾਧਾ ਪਾਣੀ ਦੀਆਂ ਦਰਾਂ ਦੇ ਹਰ slab ਦੇ ਵਿੱਚ ਹੋਇਆ ਹੁਣ ਇਸ ਮਹੀਨੇ ਤੋਂ ਪਾਣੀ ਦੀ ਦਰ ਵੱਧ ਜਾਏਗੀ ਯਾਨਕਿ ਅੱਜ ਤੋਂ ਵੱਧ ਗਈ ਹੈ ਤੇ ਆਉਂਦਾ ਜਿਹੜਾ ਅਪ੍ਰੈਲ ਮਹੀਨੇ ਦਾ ਤੁਹਾਨੂੰ ਬਿੱਲ ਆਊਗਾ ਉਹ 5% ਦੇ ਵਾਧੇ ਨਾਲ ਹੀ ਆਊਗਾ ਫਿਲਹਾਲ 0 ਤੋਂ 15 ਲੀਟਰ ਪਾਣੀ ਦਾ ਬਿੱਲ ₹3 15 ਪੈਸੇ ਹੈ 16 ਤੋਂ 30 ਲੀਟਰ ਪਾਣੀ ਦਾ ਬਿੱਲ ₹6 30 ਪੈਸੇ 31 ਤੋਂ 60 ਲੀਟਰ ਦੇ ਲਈ ₹10 50 ਪੈਸੇ ਇਸ ਦੇ ਹਿਸਾਬ ਨਾਲ ਹੀ ਬਿੱਲ ਭੇਜਿਆ ਜਾਂਦਾ ਸੀ ਪਰ ਹੁਣ ਇਹ 5% ਵੱਧ ਕੇ ਆਏਗਾ ਚੰਡੀਗੜ੍ਹ ਦੇ ਮੇਅਰ ਦੀਪ ਕੁਮਾਰ ਨੇ ਗ੍ਰੈਸ ਕਤਰ ਨਿਤਿਨ ਕੁਮਾਰ ਨੂੰ ਚਿੱਠੀ ਲਿਖ ਕੇ ਇਸ ਬਿੱਲ ਨੂੰ ਨਾ ਵਧਾਉਣ ਦੀ ਮੰਗ ਵੀ ਕੀਤੀ ਸੀ ਉਹਨਾਂ ਕਿਹਾ ਕਿ ਸਦਨ ਦੇ ਵਿੱਚ 20000 ਲੀਟਰ ਮੁਫਤ ਪਾਣੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਤੇ باوجود ਪ੍ਰਸ਼ਾਸਨ ਨੇ ਅੱਜ ਤੋਂ ਚੰਡੀਗੜ੍ਹ 'ਚ ਪਾਣੀ ਦੇ ਭਾਅ ਵਧਾ ਦਿੱਤੇ ਨੇ ਸੋਨੇ ਦੇ ਭਾਅ ਨੇ ਅੱਜ ਨਵਾਂ ਰਿਕਾਰਡ ਬਣਾਇਆ ਹੈ ਅੱਜ 1 ਅਪ੍ਰੈਲ ਨੂੰ ਸੋਨਾ 69487 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਪਹੁੰਚ ਗਿਆ ਹੈ ਤੇ ਇਹ ਹੁਣ ਤੱਕ ਦੇ ਸੋਨੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਉੱਚਾ ਪੱਧਰ ਹੈ ਯਾਨੀ ਕਿ ਇੰਨਾ ਸੋਨਾ ਮਹਿੰਗਾ ਇੱਕ ਦਿਨ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਹੁਣ ਸੋਨਾ ਜਿਹੜਾ ਹੈਗਾ 70000 ਦੇ ਨੇੜੇ ਪਹੁੰਚ ਗਿਆ 69487 ਰੁਪਏ ਪ੍ਰਤੀ ਟੋਲਾ ਸੋਨਾ ਹੋ ਗਿਆ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਦਾ ਸਮਾਂ ਸਾਰੀਆਂ ਥਾਵਾਂ ਤੇ ਬਦਲ ਦਿੱਤਾ ਗਿਆ ਹੈ ਬਦਲੇ ਹੋਏ ਸਮੇਂ ਮੁਤਾਬਿਕ ਹੁਣ 5:30 ਤੋਂ 6 ਵਜੇ ਤੱਕ ਦੋਵੇਂ ਮੁਲਕਾਂ ਦੇ ਵਿਚਾਲੇ ਹੁਸੈਨੀਵਾਲਾ ਤੇ ਵਾਗਾ ਬਾਰਡਰ ਤੇ ਰਿਟਰੀਟ ਰਿਟਰੀਟ ਸੈਰੇਮਨੀ ਹੋਇਆ ਕਰੇਗੀ ਹੋਰ ਵੀ ਜੰਨੀਆਂ ਸਰਹੱਦਾਂ ਤੇ ਰਿਟਰੀਟ ਸੈਰੇਮਨੀ ਹੁੰਦੀ ਹੈ ਉਹਨਾਂ ਦਾ ਸਮਾਂ ਵੀ ਬਦਲਿਆ ਗਿਆ ਹੈ ਕੈਨੇਡਾ ਤੋਂ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ ਹੈ ਕੈਨੇਡਾ ਦੇ ਵਿੱਚ ਤਿੰਨ ਵਿਦਿਆਰਥੀਆਂ ਨੂੰ 3 ਲੱਖ ਡਾਲਰ ਯਾਨੀ ਕਿ 1 ਕਰੋੜ 83 ਲੱਖ ਰੁਪਏ ਦਾ ਵਜ਼ੀਫਾ ਮਿਲਿਆ ਹੈ। ਕੈਨੇਡਾ ਦੇ ਵਿਦਿਅਕ ਖੇਤਰ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਨਾਮੀ ਸੰਸਥਾ ਲਾਰੈਂਸ ਸਕਾਲਰਸ ਫਾਊਂਡੇਸ਼ਨ ਨੇ 12ਵੇਂ ਦੇ ਵਿਦਿਆਰਥੀ ਬਲਜੋਤ ਸਿੰਘ ਰਾਏ, ਸ਼੍ਰਈਆ ਜੈਨ ਤੇ ਐਸ਼ਲੇ ਸੱਬਰਵਾਲ ਦੀ ਚੋਣ ਕੀਤੀ ਹੈ। ਬਲਜੀਤ ਸਿੰਘ ਰਾਏ ਸੇਂਟ ਪੌਲ ਹਾਈ ਸਕੂਲ ਦਾ ਵਿਦਿਆਰਥੀ ਹੈ। ਉਹ 1 ਇਨ 올 ਪ੍ਰੋਜੈਕਟ ਦਾ ਸੰਸਥਾਪਕ ਵੀ ਹੈ। ਬਲਜੋਤ ਸਿੰਘ ਪਿਛਲੇ 4 ਸਾਲਾਂ ਤੋਂ ਮਨੁੱਖੀ ਅਧਿਕਾਰ ਕਲੱਬ ਦੇ ਨਾਲ ਵੀ ਜੁੜਿਆ ਹੋਇਆ। ਹੁਣ ਉਹ ਵੈਨਕੂਵਰ ਦੀ ਯੂਨੀਵਰਸਿਟੀ ਇਤ ਸਟੱਡੀਆਂ ਦੇ ਨਾਲ ਸਮੁੰਦਰੀ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਿਹਾ ਹੈ 17 ਸਾਲਾ ਸ਼੍ਰਈਆ ਜਾਨ ਮੈਪਲ ਰਿਜ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ ਉਹ ਆਪਣੇ ਸਕੂਲ ਦੀ ਡਿਬੇਟ ਦੀ ਸੰਸਥਾਪਕ ਹੈ ਤੇ ਹੁਣ ਉੱਚ ਸਿੱਖਿਆ ਦੇ ਲਈ ਉਹ ਗਣਿਤ ਦੀ ਪੜ੍ਹਾਈ ਕਰੇਗੀ ਲੋਕ ਸਭਾ ਚੋਣ ਦੰਗਲ ਦੇ ਨਾਲ ਜੁੜੀਆਂ ਕੁਝ ਖਾਸ ਖਬਰਾਂ ਦੱਸ ਦਿੰਨੇ ਹਾਂ 1 April ਸੋਮਵਾਰ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਤਬਦੀਲੀ ਆਈ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਹਾਲਾਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਕਈ ਸਾਲ ਪਹਿਲਾਂ ਛੱਡ ਦਿੱਤੀ ਸੀ ਗਾਂਧੀ ਦੇ ਪਟਿਆਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਹੈ ਪੂਰੀ ਪੂਰੀ ਸੰਭਾਵਨਾ ਹੈ ਡਾਕਟਰ ਗਾਂਧੀ ਨੇ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਪਟਿਆਲੇ ਤੋਂ ਮਹਾਰਾਣੀ ਪਰਨੀਤ ਕੌਰ ਨੂੰ ਹਰਾ ਕੇ ਲੋਕ ਸਭਾ ਚੋਣ ਜਿੱਤੀ ਸੀ ਤੇ ਕਾਫੀ ਮਕਬੂਲੀਅਤ ਹਾਸਲ ਕੀਤੀ ਸੀ ਕਿਉਂਕਿ ਪੰਜਾਬ ਦੇ ਅਹਿਮ ਮੁੱਦਿਆਂ ਦੀ ਗਾਂਧੀ ਲੋਕ ਸਭਾ ਦੇ ਵਿੱਚ ਖੜ ਕੇ ਗੱਲ ਕਰਦੇ ਸੀ ਗਾਂਧੀ ਪੇਸ਼ੇ ਤੋਂ ਡਾਕਟਰ ਨੇ ਉਹਨਾਂ ਨੇ ਬਾਅਦ ਵਿੱਚ 2016 ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਸੀ ਆਪਣਾ ਆਪਣੀ ਜਿਹੜੀ ਨਵਾਂ ਪੰਜਾਬ ਪਾਰਟੀ ਬਣਾਈ ਸੀ ਜਿਸ ਨੂੰ ਡਾਕਟਰ ਗਾਂਧੀ ਨੇ ਹੁਣ ਕਾਂਗਰਸ ਦੇ ਵਿੱਚ ਰਲਾ ਦਿੱਤਾ ਹੈ ਪਾਰਟੀ ਲੀਡਰ ਪਵਨ ਖੇੜਾ ਤੇ ਆਈਸੀਸੀ ਪੰਜਾਬ ਦੇ ਇੰਚਾਰਜ ਦਿਵਿੰਦਰ ਯਾਦਵ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਗਾਂਧੀ ਦਾ ਪਾਰਟੀ ਵਿੱਚ ਸਵਾਗਤ ਕੀਤਾ ਬਾਜਵਾ ਨੇ ਕਿਹਾ ਕਿ ਉਹਨਾਂ ਦੇ ਸ਼ਾਮਿਲ ਹੋਣ ਨਾਲ ਕਾਂਗਰਸ ਮਜ਼ਬੂਤ ਹੋਵੇਗੀ ਜਦ ਕਿ ਵੜਿੰਗ ਨੇ ਕਿਹਾ ਕਿ ਜਿਹੇ ਪੇਸ਼ੇਵਰਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣਾ ਚੰਗਾ ਸੰਕੇਤ ਹੈ ਜਿਨ ਭਾਵਨਾਵਾਂ ਕੇ ਸਾਥ ਗਾਂਧੀ ਜੀ ਨੇ ਕਿਹਾ ਮੇਰ ਕੋ ਲਗਤਾ ਹੈ ਕਿ ਹਮੇ ਐਸੇ ਲੋਗੋ ਕੀ ਜ਼ਰੂਰਤ ਥੀ ऐसे नहीं पंजाब की और ऐसे मेरे को आई एम नॉट मेरे को गांधी साहब से हम लोग पंजाब मैं नहीं हूं बहुत सारे ऐसे लोग हैं जो प्रेरित हैं क्योंकि उनका व्यक्तिगत जो काम करने का तरीका लोगों से आने जाने का तरीका जिस तरीके से वो सोशल वर्क करते हैं और ना कुछ चाहते हुए दैट्स अ वेरी आई थिंक अच्छी बात और मेरे को लगता है कि इनके आने से पार्टी में बहुत uh, ਔਰ ਮਜਬੂਤੀ ਆਏਗੀ ਇੰਡੀਅਨ ਨੈਸ਼ਨਲ ਕਾਂਗਰਸ ਹਿੰਦੁਸਤਾਨ ਦੀ ਕਿਸਾਨੀ ਨਾਲ ਖੜੀ ਕੋਈ ਕਮ ਜਿਹੜਾ ਮੋਦੀ ਸਾਹਿਬ ਨੇ ਨਜਾਇਜ਼ ਕੀਤਾ ਤੇ ਭਗਵੰਤ ਮਾਨ ਉਹਦੇ ਤੇ ਮੋਹਰ ਲਾ ਰਿਆ ਅਸੀਂ ਉਹਨਾਂ ਨੂੰ ਇਸੇ ਗੱਲ ਕਾਰਨ ਤੇ ਅਸੀਂ ਇਹ ਗੱਲ ਕਹੀ ਇੱਕ ਵੀ ਵਿਲ ਹੈਵ ਨਥਿੰਗ ਟੂ ਡੂ ਵਿਦ ਦੀ ਆਪ ਇਨ ਪੰਜਾਬ ਦੈਟਸ ਪ੍ਰਾਇਮਰਲੀ ਦੈਟ ਰੀਜ਼ਨ ਤੇ ਇਸੇ ਗੱਲ ਕਾਰਨ ਅਸੀਂ ਜੋ ਇਹ ਕਰਨਗੇ ਅਸੀਂ ਉਹਦੀ ਵਿਰੋਧਤਾ ਕਰਨੇ ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਕਿਤੇ ਨਾ ਕਿਤੇ ਇਹ ਜਿਹੜਾ ਚੀ ਮਿਸਟਰੀ ਪੰਜਾਬ ਦਾ ਇਹਦਾ ਇੰਡਾਇਰਕ ਤੱਲਕ ਦਿੱਲੀ ਦੀ ਸਰਕਾਰ ਨਾਲ ਹੈ ਇਹਨੂੰ ਥੋੜਾ ਜਿਹਾ ਘਰ ਜਾ ਕੇ ਵਿਚਾਰੋਗੇ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਮਝ ਆ ਜਾਏਗੀ ਜਿਹੜੀ ਮੈਂ ਗੱਲ ਕਰ ਰਿਹਾ ਮਿਹਰਬਾਨੀ ਜੀ ਉਂਝ ਤਾਂ ਐਨੀ ਦਿਨੀ ਸਿਆਸੀ ਤਿਤਲੀਆਂ ਦੀ ਚਰਚਾ ਕਾਫੀ ਚੱਲ ਰਹੀ ਹੈ ਯਾਨੀ ਕਿ ਦਲ ਬਦਲੂ ਲੀਡਰਾਂ ਦੇ ਨਾਮ ਨੇ ਜਿਹੜੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਇੱਕ ਪਾਰਟੀ ਤੋਂ ਦੂਸਰੀ ਦੂਸਰੀ ਤੋਂ ਤੀਸਰੀ ਪਰ ਡਾਕਟਰ ਧਰਮਵੀਰ ਗਾਂਧੀ ਦਾ ਕੱਦ ਹੈ ਜਿਹੜਾ ਤੇ ਕਿਰਦਾਰ ਹੈ ਉਹ ਕਿਤੇ ਨ ਕਿਤੇ ਦਲ ਬਦਲੂਆਂ ਦੀ ਸਿਆਸਤ ਤੋਂ ਕਾਫੀ ਉੱਚਾ ਹੈ ਕਾਂਗਰਸ ਪਾਰਟੀ ਜੁਆਇਨ ਕਰਦੇ ਸਮੇਂ ਡਾਕਟਰ ਗਾਂਧੀ ਨੇ ਕਿਹਾ ਕਿ ਮੈਨੂੰ ਟਿਕਟ ਦਾ ਲਾਲਚ ਨਹੀਂ ਹੈ ਮੈਂ ਉਮਰ ਦੇ ਉਸ ਪੜਾ ਤੇ ਖੜਾ ਹਾਂ ਜਿੱਥੇ ਸਹੀ ਫੈਸਲਾ ਲੈਣਾ ਜ਼ਰੂਰੀ ਹੈ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਹੈ ਜੇ ਪਾਰਟੀ ਉਹਨਾਂ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਏਗੀ ਤਾਂ ਉਹ ਜ਼ਰੂਰ ਚੋਣ ਲੜਨਗੇ ਕਿਉਂਕਿ ਉਹਨਾਂ ਦੀ ਲੜਾਈ ਭਾਜਪੀ ਦੇ ਉਮੀਦਵਾਰ ਦੇ ਖਿਲਾਫ ਹੋਵੇਗੀ ਯਾਨੀ ਕਿ ਸਿੱਧਾ ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ ਹੋਵੇਗੀ ਉਧਰ ਇਹ ਵਰਡਿੰਗ ਨੇ ਕਿਹਾ ਕਿ ਸੀ ਡਾਕਟਰ ਧਰਮਵੀਰ ਗਾਂਧੀ ਤੋਂ ਪ੍ਰਭਾਵਿਤ ਸੀ ਇਸੇ ਲਈ ਉਹਨਾਂ ਨੂੰ ਲੈ ਕੇ ਆਏ ਹਾਂ ਲੋਕ ਚੰਗੇ ਲੋਕਾਂ ਨੂੰ ਲੱਭ ਰਹੇ ਨੇ I want to be seen on the right side of history in this in, in, in 2024 in, in in the in the coming elections ਕਾਂਗਰਸ ਵਿੱਚ ਸ਼ਾਮਿਲ ਹੋਏ ਡਾਕਟਰ ਧਰਮਵੀਰ ਗਾਂਧੀ ਕੇਜਰੀਵਾਲ ਤੇ ਹੁਣ ਵੀ ਸਖਤ ਦਿਖਾਈ ਦੇ ਰਹੇ ਨੇ ਉਹਨਾਂ ਨੇ ਆਵਾਦਮੀ ਪਾਰਟੀ ਛੱਡਣ ਦਾ ਕਾਰਨ ਦੱਸਿਆ ਗਾਂਧੀ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੇਜਰੀਵਾਲ ਵੀ ਉਸੇ ਇੰਡੀਆ ਗਾਰਡਨ ਦਾ ਹਿੱਸਾ ਨਹੀਂ ਜਿਸ ਪਾਰਟੀ ਵਿੱਚ ਤੁਸੀਂ ਸ਼ਾਮਿਲ ਹੋਏ ਹੋ ਤਾਂ ਗਾਂਧੀ ਨੇ ਕਿਹਾ ਕਿ ਕੇਜਰੀਵਾਲ ਦਾ ਇੰਡੀਆ ਗੱਠਜੋੜ ਵਿੱਚ ਸ਼ਾਮਿਲ ਹੋਣਾ ਸ਼ੰਕੇ ਪੈਦਾ ਕਰਨ ਵਾਲਾ ਹੈ ਪਰ ਇਤਿਹਾਸ ਵਿੱਚ ਕਹਿੰਦੇ ਬਹੁਤ ਸਾਰੇ ਮੌਕੇ ਆਉਂਦੇ ਨੇ ਜੋ ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਛੱਡਣੀਆਂ ਪੈਂਦੀਆਂ ਨੇ ਆਮ ਆਦਮੀ ਪਾਰਟੀ اور ਕੇਜਰੀਵਾਲ ਕੀ ਇੰਟੈਂਸ਼ਨਸ ਇੰਡੀਆ ਐਲਾਈንስ ਮੇ ਆਨੇ ਕੇ ਉਹਨਕੇ ਮਕਸਦ ਉਹਨਕੀ 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 ਜੋ ਆਈਡੀਆ ਹੈ ਉਸਪੇ ਅਨੇਕੋ ਅਸ਼ੰਕਾਏ ਹੋਣੇ ਕੇ ਬਾਵਜੂਦ हिस्ट्री में ऐसे मुकाम आते हैं जब जहां आपको बड़े-बड़े बातें छोड़नी पड़ती है भूलनी पड़ती हैं पीछे धकेलनी पड़ती है समाने पर वो सब कुछ देखा जाएगा तो डॉक्टर गांधी ने जब पूछा गया कि ਤੁਸੀਂ ਕਾਂਗਰਸ ਦੇ ਵਿੱਚ ਤਾਂ ਸ਼ਾਮਿਲ ਹੋ ਗਏ ਹੋ ਕਿ ਤੁਹਾਨੂੰ सीबीआई ईडी ਦਾ ਡਰ ਨਹੀਂ ਹੈ ਤਾਂ ਉਹਨਾਂ ਦਾ ਜਵਾਬ ਲਾਜਵਾਬ ਸੀ ਇਟ डजंट मैटर वो मेरे को बिल्कुल नहीं आया जिंदगी में जीना काहे के लिए है। अग, अगर इन बातों से डर के सच नहीं बोल रहा जो जो हिस्टोरिकल टास्क है जो एक इंटेलेक्चुअल को निभाना चाहिए जो एक नागरिक को निभाना चाहिए मेरे को पिछले सत्तर साल में नागरिक से वोटर बना दिया गया है आई एम सिटीजन आई हैव द स्पिरिट टू हैव द राइट काइंड ऑफ थिंग्स फॉर मी एंड फॉर माई फॉर माई चिल्ड्रन तो वो भावना अगर आएगी ना तो क्या क्या कर लेंगे पकड़ लेंगे केस देश का मुकदमा चला लेंगे मैं पचहत्तर साल का हूं तो पांच साल साल जिंदगी है लग जाएगी लग जाएगी डज इट मैटर ਕਾਂਗਰਸ ਲੰਬੇ ਸਮੇਂ ਤੋਂ ਕਹਿੰਦੇ ਡਾਕਟਰ ਗਾਂਧੀ ਨੂੰ ਚੋਣਾ ਲੜਨ ਦੇ ਲਈ ਮਨਾ ਰਹੀ ਸੀ ਪਰ ਉਮਰ ਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਗਾਂਧੀ ਇਸ ਗੱਲ ਤੋਂ ਟਾਲਾ ਹੀ ਵਟ ਰਹੇ ਸਨ ਤੇ ਹੁਣ ਜਦੋਂ ਗਾਂਧੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਤਾਂ ਸਾਫ਼ ਹੈ ਕਿ ਉਹੀ ਪਟਿਆਲੇ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਤਾਂ ਅਜੇ ਇਹ ਵਿੱਚ ਭਾਜਪੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਕਿਤੇ ਨਾ ਕਿਤੇ 2014 ਦੀ ਯਾਦ ਜ਼ਰੂਰ ਆ ਰਹੀ ਹੋਵੇਗੀ ਜਦੋਂ ਗਾਂਧੀ ਨੇ ਉਹਨਾਂ ਨੂੰ 20992 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਤੇ ਪ੍ਰਨੀਤ ਕੌਰ ਦਾ ਡਰ ਇਸ ਲਈ ਵੀ ਜਾਇਜ਼ ਹੈ ਕਿਉਂਕਿ 2019 ਵਿੱਚ ਗਾਂਧੀ ਨੇ ਆਜ਼ਾਦ ਉਮੀਦਵਾਰ ਵਜੋਂ 13 72% ਵੋਟ ਸ਼ੇਅਰ ਦੇ ਨਾਲ 1,66,645 ਵੋਟਾਂ ਹਾਸਲ ਕੀਤੀਆਂ ਸਨ ਤੇ ਤੀਸਰੇ ਨੰਬਰ ਤੇ ਰਹੇ ਸਨ ਗਾਂਧੀ ਆਵਾਦਮੀ ਪਾਰਟੀ ਦੇ ਅਕਾਲੀ ਦਲ ਲਈ ਵੀ ਵੱਡੀ ਸਿਰਦਰਦ ਸਾਬਤ ਹੋ ਸਕਦੇ ਨੇ ਕਿਉਂਕਿ ਡਾਕਟਰ ਗਾਂਧੀ ਦਾ ਅਕਸ ਹੈ ਜਿਹੜਾ ਉਹ ਲੋਕਾਂ ਦੇ ਵਿੱਚ ਕਾਫੀ ਚੰਗਾ ਹੈ ਆਵਾਦਮੀ ਪਾਰਟੀ ਅਤੇ ਭਾਜਪਾ ਤੋਂ ਬਾਅਦ ਹੁਣ ਅਕਾਲੀ ਦਲ ਵੀ ਲੱਗਦਾ ਹੈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਛੇਤੀ ਜਾਰੀ ਕਰ ਸਕਦੀ ਹੈ ਅਕਾਲੀ ਦਲ ਕੱਲ ਨੂੰ ਸਿਆਸੀ ਪੱਤੇ ਖੋਲ੍ਹ ਸਕਦੇ ਹੈ ਅਕਾਲੀ ਦਲ ਤਕਰੀਬਨ 2.5 ਦਹਾਕੇ ਬਾਅਦ ਪਹਿਲੀ ਵਾਰ ਹੀ ਇਕੱਲੇ ਮੈਦਾਨ ਦੇ ਵਿੱਚ ਉਤਰੇਗੇ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਬਹੁਜਨ ਸਮਾਜ ਪਾਰਟੀ ਨਾਲ ਮੁਰਤੂ ਸਮਝਾਤਾ ਹੋ ਸਕਦਾ ਹੈ ਪਹਿਲੀ ਸੂਚੀ ਵਿੱਚ ਬਠਿੰਡਾ ਤੋਂ ਹਰ ਸਿਮਰਤ ਕੌਰ ਬਾਦਲ ਚੌਥੀ ਵਾਰੀ ਦਾਅਵੇਦਾਰੀ ਪੇਸ਼ ਕਰ ਸਕਦੇ ਨੇ 2019 ਦੇ ਵਿੱਚ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਉਮੀਦਵਾਰ ਸਨ ਪਰ ਜੇ ਪਾਰਟੀ ਇੱਕ ਮੈਂਬਰ ਇੱਕ ਟਿਕਟ ਦੇ ਸਿਧਾਂਤ ਦੀ ਪਾਲਣਾ ਕਰਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜਨਗੇ ਪਰ ਖਡੂਰ ਸਾਹਿਬ ਤੋਂ ਵਿਕਰਮ ਸਿੰਘ ਮਜੀਠੀਆ ਦੇ ਨਾਮ ਦੀ ਚਰਚਾ ਚੱਲ ਰਹੀ ਹੈ ਮਜੀਠੀਆ ਭਾਵੇਂ ਹਰ ਸਿਮਰਤ ਕੌਰ ਬਾਦਲ ਦੇ ਭਰਾ ਹਨ ਪਰ ਖਾਨਦਾਨ ਵੱਖਰਾ ਹੈ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਸਾ ਉਤਰ ਸਕਦੇ ਨੇ ਮੈਦਾਨ ਦੇ ਵਿੱਚ ਲੁਧਿਆਣਾ ਤੋਂ ਹਮੇਸ਼ਿੰਦਰ ਸਿੰਘ ਗਰੇਵਾਲ ਸ਼ਰਨਜੀਤ ਸਿੰਘ ਢਿੱਲੋਂ ਕ ਪੂਰੇ ਚੱਲ ਰਹੇ ਨੇ ਹੋਰ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਤੇ ਵੀ ਪਾਰਟੀ ਦਾ ਵਿਚਾਰ ਚੱਲ ਰਿਹਾ ਹੈ ਤੇ ਬੀਜੇਪੀ ਨਾਲ ਸਮਝੌਤਾ ਨਾ ਕਰਕੇ ਕਾਲੇ ਦਲ ਨੇ ਪੰਥਕ ਅਤੇ ਕਿਸਾਨੀ ਵੋਟ ਹਾਸਲ ਕਰਨ ਦਾ ਵੱਡਾ ਦਾਅ ਖੇਡਿਆ ਹੈ ਉਧਰ ਬੀਜੇਪੀ ਵੀ ਪਹਿਲੀ ਵਾਰੀ ਇਕੱਲੇ ਪੰਜਾਬ ਦੇ ਚੋਣ ਮੈਦਾਨ ਦੇ ਵਿੱਚ ਨਿੱਤਰ ਰਹੀ ਹੈ ਬੀਜੇਪੀ ਨੇ ਭਾਵੇਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਪਰ ਕਿਸਾਨਾਂ ਨੇ ਵੀ ਬੀਜੇਪੀ ਨੂੰ ਹਰਾਉਣ ਦਾ ਪੂਰਾ ਮਨ ਬਣਾ ਲਿਆ ਹੈ ਸੰਗਰੂਰ ਦੇ ਨਮੋਲ ਪਿੰਡ ਦੇ ਗੁਰੂਕਰਾਂ ਦੇ ਵਿੱਚ ਅਨਾਉਂਸਮੈਂਟ ਕਰਕੇ ਬੀਜੇਪੀ ਦੇ ਆਗੂਆਂ ਨੂੰ ਇਲਾਕੇ ਵਿੱਚ ਵੋਟਾਂ ਨਾ ਮੰਗਣ ਦੀ ਚੇਤਾਵਨੀ ਦਿੱਤੀ ਗਈ ਹੈ ਪਿੰਡ ਦੇ ਲੋ ਜੇ ਕੋਈ ਬੀਜੇਪੀ ਦਾ ਨੁਮਾਇੰਦਾ ਦਾਖਲ ਹੋਵੇ ਤਾਂ ਉਸ ਨੂੰ ਕੋਈ ਉਸ ਤੋਂ ਸਵਾਲ ਜਵਾਬ ਕੀਤੇ ਜਾਣ ਅਤੇ ਪਿੰਡ ਦੇ ਆਲੇ ਦੁਆਲੇ ਪੋਸਟਰ ਵੀ ਲਾ ਦਿੱਤੇ ਗਏ ਨੇ ਇਸੇ ਤਰ੍ਹਾਂ ਗਿੱਦੜਵਾਹਾ ਦੇ ਭਾਰੂ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਖਿਲਾਫ ਪੋਸਟਰ ਲੱਗ ਚੁੱਕੇ ਨੇ ਮਾਨਸਾ ਦੇ ਕਈ ਪਿੰਡਾਂ ਦੇ ਵਿੱਚ ਪੋਸਟਰ ਲੱਗ ਚੁੱਕੇ ਨੇ ਤੇ ਹੋਰ ਵੀ ਕਈ ਇਲਾਕਿਆਂ ਤੋਂ ਜਈਆਂ ਖਬਰਾਂ ਆਈਆਂ ਨੇ ਜਿੱਥੇ ਬੀਜੇਪੀ ਦੇ ਲੀਡਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ ਕਿਸਾਨ ਕਹਿ ਰਹੇ ਨੇ ਕਿ ਜੇ ਤੁਸੀਂ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਵੀ ਤੁਹਾਨੂੰ ਹੁਣ ਪੰਜਾਬ 'ਚ ਨਹੀਂ ਵੜਨ ਦੇਾਂਗੇ ਸੋ ਇਹ ਜਿਹੜੀ ਮੁਹਿੰਮ ਚੱਲ ਰਹੀ ਹੈ ਬਾਈਕਾਟ ਦੀ ਇਹ ਹੋਰ ਵੀ ਵੱਡੀ ਹੋ ਸਕਦੀ ਹੈ ਉਧਰ ਬੀਜਪੀ ਦੇ ਅਮਰਿਤ ਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੁਣ ਖੁੱਲ ਕੇ ਸ਼ੁਰੂ ਕਰ ਦਿੱਤਾ ਸਰ ਗਰਮ ਤਾਂ ਹੋ ਪਿਛਲੇ 2-3 ਮਹੀਨਿਆਂ ਤੋਂ ਅਮਰitsar ਦੇ ਵਿੱਚ ਸਨ ਪਰ ਮੰਨ ਨਹੀਂ ਰਹੇ ਸੀ ਕਿ ਬੀਜਪੀ ਵੱਲੋਂ ਚੋਣ ਲੜਨਗੇ ਤੇ ਹੁਣ ਉਹਨਾਂ ਦੇ ਬਾਰੇ ਹੀ ਹੋਣ ਦੀਆਂ ਖਬਰਾਂ ਨੇ ਸੰਧੂ ਨੂੰ ਜ਼ਰੂਰ ਪਰੇਸ਼ਾਨ ਕੀਤਾ ਇਸੇ ਲਈ ਤਰਨਜੀਤ ਸੰਧੂ ਨੇ ਸਾਹਮਣੇ ਆ ਕੇ ਇੱਕ ਵਾਰੀ ਫੇਰ ਤੋਂ ਸਵੈ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਫੌਜੀ ਆਪਣੇ ਘਰੋਂ ਦੂਰ ਦੇਸ਼ ਦੇ ਵਿੱਚ ਲੜਾਈ ਕਰਨ ਜਾਂਦਾ ਹੈ ਮੈਂ ਵੀ ਇਸੇ ਤਰ੍ਹਾਂ ਕਹਿੰਦੇ ਦੇਸ਼ੋਂ ਬਾਹਰ ਗਿਆ ਹੋਇਆ ਸੀ ਸੰਧੂ ਨੇ ਆਪਣੇ ਕਾਰਜ ਕਾਲ ਦੌਰਾਨ ਅਮਰੀਕਾ ਵੱਲੋਂ ਭਾਰਤ ਵਿੱਚ ਨਿਵੇਸ਼ ਬਾਰੇ ਵੀ ਦੱਸਿਆ ਕਿਹਾ ਜੇ ਜਨਤਾ ਉਹਨਾਂ ਨੂੰ ਚੁਣਦੀ ਹੈ ਤਾਂ ਅੰਮ੍ਰਿਤਸਰ ਦਾ ਸਿੱਧਾ ਵਿਕਾਸ ਹੋਵੇਗਾ ਸਿੱਧਾ ਕਨੈਕਸ਼ਨ ਅਮਰੀਕਾ ਦੇ ਨਾਲ ਜੋੜਿਆ ਜਾਵੇਗਾ ਬੀਜੇਪੀ ਇਹ ਖੇੜਲੀਵਾਰੀ ਅੰਮ੍ਰਿਤਸਰ 2009 ਦੇ ਵਿੱਚ ਜਿੱਤੀ ਸੀ 2014 ਦੇ ਵਿੱਚ ਅਰਣ ਜੇਟਲੀ ਹਾਰੇ ਪਰ ਕੇਂਦਰ ਵਿੱਚ ਖਜ਼ਾਨਾ ਮੰਤਰੀ ਬਣੇ 2019 ਵਿੱਚ ਆਈਐਫਐਸ ਹਰਦੀਪ ਪੂਰੀ ਬੀਜੇਪੀ ਦੇ ਉਮੀਦਵਾਰ ਬਣੇ ਹਾਰਨ ਦੇ ਬਾਵਜੂਦ ਉਹਨਾਂ ਨੂੰ ਕੇਂਦਰ ਵਿੱਚ ਵਜ਼ੀਰੀ ਮਿਲੀ ਪਾਰਟੀ ਨੇ ਇੱਕ ਵਾਰੀ ਮੋੜ ਤੋਂ ਆਈਐਫਐਸ ਤੇ ਦਾਅ ਖੇੜਦੇ ਹੋਏ ਤਰਨਜੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਬੀਜੇਪੀ ਤੇ ਤਰਨਜੀਤ ਸਿੰਘ ਸੰਧੂ ਦਾ ਤਰਕ ਹੈ ਕਿ ਉਹ ਬਾਹਰੀ ਨਹੀਂ ਹਨ ਉਹਨਾਂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਐਸਜੀਪੀਸੀ ਮੈਂਬਰ ਨੇ ਤੇ ਉਹਨਾਂ ਦੇ ਪਿਤਾ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ ਇਸ ਕਰਕੇ ਉਹ ਬਾਹਰੀ ਨਹੀਂ ਹਨ ਭਾਰਤੀ ਚੋਣ ਕਮਿਸ਼ਨ ਨੇ ਕਾਂਗਰਸ ਲੀਡਰ ਸੁਪਰੀਆ ਸ਼ਨੇਤ ਅਤੇ ਬੀਜੇਪੀ ਲੀਡਰ ਦਿਲੀਪ ਘੋਸ਼ ਨੂੰ ਉਹਨਾਂ ਦੇ ਵਿਵਾਦਿਤ ਬਿਆਨਾਂ ਦੀ ਨਿੰਦਿਆ ਕਰਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ ਕਮਿਸ਼ਨ ਨੇ ਦੋਵੇਂ ਲੀਡਰਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਦਿੱਤੇ ਗਏ ਬਿਆਨਾਂ ਨੂੰ ਔਰਤਾਂ ਦੇ ਮਾਣ ਸਨਮਾਨ ਦੇ ਖਿਲਾਫ ਕਰਾਰ ਦਿੰਦੇ ਹੋਏ ਚੇਤਾਵਨੀ ਦਿੰਦਿਆ ਕਿ ਹੈ ਕਿ ਸਾਡਾ ਮੰਨਣਾ ਹੈ ਇਹਨਾਂ ਦੋਵੇਂ ਲੀ ਨਿਜੀ ਹਮਲੇ ਕੀਤੇ ਜਿਹਾ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਲੰਗੇ ਦਿਨ ਕਾਂਗਰਸ ਲੀਡਰ ਰਾਹੁਲ ਗਾਂਧੀ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਖਿਲਾਫ ਦਿੱਤੇ ਗਏ ਬਿਆਨ ਦੇ ਖਿਲਾਫ ਬੀਜੇਪੀ ਚੋਣ ਕਮਿਸ਼ਨ ਦੇ ਦਫ਼ਤਰ ਸ਼ਿਕਾਇਤ ਲੈ ਕੇ ਪਹੁੰਚ ਗਈ ਹੈ ਬੀਜੇਪੀ ਦੇ ਲੀਡਰ ਹਰਦੀਪ ਸਿੰਘ ਪੁਰੀ ਨੇ ਰਾਹੁਲ ਗਾਂਧੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦਰਅਸਲ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੇਸ਼ ਦੇ ਵਿੱਚ ਆਈਪੀਐਲ ਮੈਚ ਚੱਲ ਰਹੇ ਨੇ ਜੇ ਅੰਪਾਇਰ ਨੂੰ ਡਰਾ ਕੇ ਮੈਚ ਫਿਕਸਿੰਗ ਕੀਤੀ ਜਾਵੇ ਜਿਵੇਂ ਅੰਪਾਇਰ ਯਾਨੀ ਚੋਣ ਕਮਿਸ਼ਨ ਨੂੰ ਨਰਿੰਦਰ ਮੋਦੀ ਵੱਲੋਂ ਚੁਣਿਆ ਜਾਂਦਾ ਹੈ ਸਾਡੀ ਟੀਮ ਤੋਂ ਦੋ ਖਿਡਾਰੀਆਂ ਨੂੰ ਅੰਦਰ ਕਰ ਦਿੱਤਾ ਹੈ कोशिश कर रहे ने ते बिना ईवीएम मैच फिक्सिंग बिना मीडिया ने कहा कि राहुल गांधी नरेंद्र मोदी जी इस चुनाव में मैच फिकिंग करने की कोशिश कर रहे है ये जो उनका चार सौ सीट का नारा है ये बिना ईवीएम के बिना मैच फिकसिंग के बिना सोशल मीडिया ਔਰ ਪ੍ਰੈਸ ਪਰ ਦਬਾਅ ਡਾਲਕਰ ਖਰੀਦ ਕਰ ਇਹ 180 पार ਨਹੀਂ ਹੋਣੇ ਜਾ ਰਹਾ ਹੈ ਸਭ ਮਿਲਾ ਕੇ ਇਨਕਮ ਟੈਕਸ ਵਿਭਾਗ ਨੇ ਕਾਂਗਰਸ ਨੂੰ ਧੜਾ ਧੜ ਨੋਟਿਸ ਭੇਜਣ ਤੋਂ ਬਾਅਦ ਹੁਣ ਰਾਹਤ ਵੀ ਦਿੱਤੀ ਹੈ ਸੁਪਰੀਮ ਕੋਰਟ ਨੂੰ ਅੱਜ ਇਨਕਮ ਟੈਕਸ ਵਿਭਾਗ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲਗਭਗ 3500 ਕਰੋੜ ਰੁਪਏ ਦੇ ਟੈਕਸ ਮੰਗ ਨੋਟਿਸਾਂ ਦੇ ਸਬੰਧ ਵਿੱਚ ਕਾਂਗਰਸ ਵਿਰੁੱਧ ਕੋਈ ਦੰਡਕਾਰੀ ਕਾਰਵਾਈ ਨਹੀਂ ਕਰੇਗਾ ਤੇ ਸੁਪਰੀਮ ਕੋਰਟ ਦੇ ਬੈਂਚ ਨੇ ਵੀ ਟੈਕਸ ਮੰਗ ਨੋਟਿਸ ਤੇ ਕਾਂਗਰਸ ਦੀ ਪਟੀਸ਼ਨ ਤੇ ਸੁਣਵਾਈ ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ ਯਾਨੀ ਕਿ ਹੁਣ ਵੋਟਾਂ ਤੋਂ ਬਾਅਦ ਇਸ ਤੇ ਸੁਣਵਾਈ ਹੋਵੇਗੀ ਜਲੰਧਰ ਵਿੱਚ ਬੀਜੇਪੀ ਆਗੂਆਂ ਨੇ ਸਾਬਕਾ ਕਾਂਗਰਸੀ ਕੌ ਜਿਹਦੇ ਵਿੱਚ ਕਿਹਾ ਗਿਆ ਕਿ ਸਾਬਕਾ ਕਾਉਂਸਲਰ ਜਗਦੀਸ਼ ਰਾਮ ਸਮਰਾਈ ਨੇ ਚੋਣ ਜਾਬਤੇ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ ਗਰੁੱਪਾਂ ਦੇ ਵਿੱਚ ਮੈਸੇਜ ਭੇਜੇ ਹਨ ਸਮਰਾਈ ਨੇ ਲਿਖਿਆ ਹੈ ਕਿ ਉਹਨਾਂ ਦੇ ਇਲਾਕੇ ਰਤਨ ਨਗਰ ਵਿੱਚ ਆਯੁਸ਼ਮਾਨ ਕਾਰਡ ਆਵਾ ਕਾਰਡ 0 ਬੈਲੈਂਸ ਬੈਂਕ ਖਾਤਾ LIC ਪਾਲਸੀ ਵੋਟਰ ਕਾਰਡ ਆਧਾਰ ਕਾਰਡ ਤੇ ਹੋਰ ਕਮਾਂ ਲਈ ਕੈਂਪ ਲਾਇਆ ਜਾ ਰਿਹਾ ਹੈ ਜੋ ਤੜਕੇ 10 ਵਜੇ ਸ਼ੁਰੂ ਹੋਏਗਾ ਤੇ ਭਾਜਪਾ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਜਿਸ ਦਾ ਸਿੱਧਾ ਅਸਰ ਜਨਤਾ ਤੇ ਪੈਂਦਾ ਹੈ ਵੋਟਾਂ ਤੇ ਪੈਂਦਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਡਬਲ ਝਟਕਾ ਲੱਗਿਆ ਹੈ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੰਬੰਧਿਤ ਦੋ ਕੇਸਾਂ ਦੀ ਸੁਣਵਾਈ ਹੋਈ ਹੈ ਦੇ ਵਿੱਚ ਪਹਿਲਾ ਮਾਮਲਾ ਕੇਜਰੀਵਾਲ ਦੇ ਰਿਮਾਂਡ ਨਾਲ ਜੁੜਿਆ ਹੋਇਆ ਸੀ ਤੇ ED ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਕੇਜਰੀਵਾਲ ਨੂੰ ਹੁਣ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਕੇਜਰੀਵਾਲ ਨੂੰ ਵੀ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ED ਨੇ ਕੇਜਰੀਵਾਲ ਦਾ ਹੋਰ ਰਿਮਾਂਡ ਨਹੀਂ ਮੰਗਿਆ ਤੇ ਹੁਣ ਉਹ ਤਿਹਾੜ ਦੀ 2 ਨੰਬਰ ਜੇਲ੍ਹ ਦੇ ਵਿੱਚ ਰਹਿਣਗੇ ਇਸ ਦੌਰਾਨ ED ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਏਜੰਸੀ ਨੂੰ ਗੁੰਮਰਾਹ ਕਰ ਰਹੇ ਨੇ ਜਾਂਚ ਵਿੱਚ ਸਹਿਯੋਗ ਨੀ ਕਰ ਰਹੇ ਆਪਣੇ ਫੋਨ ਦਾ ਪਾਸਵਰਡ ਨਹੀਂ ਦੇ ਰਹੇ ਅਸੀਂ ਕਹਿੰਦੇ ਬਾਅਦ ਵਿੱਚ ਉਹਨਾਂ ਦੀ ਈਡੀ ਦੀ ਕਸਟਡੀ ਦੀ ਮੰਗ ਕਰਾਂਗੇ ਜੋ ਕਿ ਸਾਡਾ ਅਧਿਕਾਰ ਹੈ ਇਸ ਦਰਾਂ ਈਡੀ ਨੇ ਆਮ ਆਦਮੀ ਪਾਰਟੀ ਨੂੰ ਝਟਕਾ ਦੇਣ ਵਾਲਾ ਇੱਕ ਹੋਰ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਸਾਨੂੰ ਦੱਸਿਆ ਹੈ ਕਿ ਸ਼ਰਾਬ ਘੁਟਾਲੇ ਵਿੱਚ ਫੜੇ ਗਏ ਪਾਰਟੀ ਦੇ ਮੀਡੀਆ ਸਲਾਹਕਰ ਵਿਜੇ ਨਾਇਰ ਉਹਨਾਂ ਨੂੰ ਰਿਪੋਰਟ ਨਹੀਂ ਕਰਦੇ ਸੀ ਬਲਕਿ ਮੰਤਰੀ ਅਤਸ਼ੀ ਨੂੰ ਰਿਪੋਰਟ ਕਰਦੇ ਸੀ ਯਾਨੀ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਸਭ ਤੋਂ ਨੇੜਲੀ ਲੀਡਰ ਅਤਸ਼ੀ ਦਾ ਨਾਮ ਲਿਆ ਹੈ ਜੇਲ੍ਹ ਜਾਣ ਤੋਂ ਬਾਅਦ ਸਭ ਤੋਂ ਵੱਧ ਆਵਾਜ਼ ਚੁੱਕਣ ਵਾਲੀ ਦਿੱਲੀ ਦੀ ਸਰਕਾਰ ਦੀ ਮੰਤਰੀ ਦਾ ਨਾਂ ਵੀ ਕਿਦਰ ਨਾ ਕਿਦਰ ਈਡੀ ਦੀ ਲਿਸਟ ਵਿੱਚ ਆਇਆ ਕਹਿ ਸਕਦੇ ਆ ਬਸ ਫਿਰ ਕਿਸੇ ਭਾਜਪਾ ਨੂੰ ਮੌਕਾ ਮਿਲ ਗਿਆ ਆਛੀ ਦੇ ذریعے ਕੇਜਰੀਵਾਲ ਨੂੰ ਘੇਰਨ ਦਾ ਆਮ ਆਦਮੀ ਪਾਰਟੀ ਦੀ ਸਫਾਈ ਵੀ ਸਾਹਮਣੇ ਆਈ ਹੈ ਜੇਲ੍ਹ ਵਿੱਚ ਜਾਣ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਚੰਗਾ ਨਹੀਂ ਕਰ ਰਹੇ ਕੇਜਰੀਵਾਲ ਦੇ ਵਕੀਲ ਨੇ ਜੇਲ੍ਹ ਵਿੱਚ ਕੁਝ ਜ਼ਰੂਰੀ ਦਵਾਈਆਂ ਤੇ ਤਿੰਨ ਕਿਤਾਬਾਂ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਹੈ ਇਹਨਾਂ ਤਿੰਨ ਕਿਤਾਬਾਂ ਦੇ ਵਿੱਚ ਧਾਰਮਿਕ ਪੁਸਤਕਾਂ ਰਮਾਇਣ ਭਗਵਤ ਗੀਤਾ ਅਤੇ ਹਾਊ ਪ੍ਰਾਈਮ ਮਿਨਿਸਟਰ ਡਿਸਾਈਡਸ ਯਾਨੀ ਕਿ ਪੱਤਰਕਾਰ ਨੀਰਜਾ ਚੌਧਰੀ ਦੀ ਲਿਖੀ ਹੋਈ ਕਿਤਾਬ ਹੈ ਜਿਹੜੀ ਉਸ ਦੀ ਮੰਗ ਕੀਤੀ ਹੈ ਅਰਵਿੰਦ ਕੇਜੀਵਾਲ ਨੇ ਬਿਮਾਰੀ ਦੇ ਮੱਦੇਨਜ਼ਰ ਜੇਲ੍ਹ ਦੇ ਅੰਦਰ ਵਿਸ਼ੇਸ਼ ਭੋਜਨ ਦੀ ਵੀ ਮੰਗ ਕੀਤੀ ਹੈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਅਦਾਲਤ ਨੇ ਜੇਲ੍ਹ ਭੇਜਣ ਤੋਂ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਨੂੰ ਪਤਨੀ ਸੁਨੀਤਾ ਕੇਜਰੀਵਾਲ ਮੰਤਰੀ ਆਤਸ਼ੀਅਤੇ ਮੰਤਰੀ ਸੌਰਵ ਭਾਰਤਵਾੜ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜੇਲ੍ਹ ਜਾਣ ਤੋਂ ਬਾਅਦ ਕੇਜਰੀਵਾਲ ਜ਼ਮਾਨਤ ਪਟੀਸ਼ਨ ਦਾਇਰ ਕਰ ਸਕਦੇ ਨੇ ਤਿਹਾਰ ਦੀ ਜੇਲ੍ਹ ਵਿੱਚ ਪਹਿਲਾਂ ਤੋਂ ਹੀ ਸਬਕਪ ਮੁੱਖ ਮੰਤਰੀ ਮਨੀਸ਼ ਸੋਧਿਆ ਸੰਜੇ ਸਿੰਘ ਅਤੇ ਸਤਿੰਦਰ ਜੈਨ ਵੀ ਮੌਜੂਦ ਹਨ ਫਰਵਰੀ 2024 ਤੋਂ ਚੱਲ ਰਹੇ ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਦਰਮਿਆਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਜਾਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੂੰ ਝਟਕਾ ਦਿੱਤਾ ਹੈ ਸ਼ੁਭਕਰਨ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੀ ਨਿਆਂਇਕ ਜਾਂਚ ਤੇ ਸਟੇ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਰਿਪੋਰਟ ਤੇ ਵਿਚਾਰ ਕੀਤਾ ਜਾਏਗਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਵਾਉਣ ਦੇ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਹਰਿਆਣਾ ਸਰਕਾਰ ਨੇ ਚੈਲੰਜ ਕੀਤਾ ਸੀ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਸੀ ਉਹਦੇ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਜ਼ਖਮੀ ਹੋਏ ਸਨ ਰਜਵਾਨ ਕਿਸਾਨ ਸ਼ੁਕਰਨ ਸਿੰਘ ਦੇ ਪਿਛਲੇ ਪਾਸੇ ਸਿਰ ਦੇ ਵਿੱਚ ਕੋਈ ਨਕੀਲੀ ਚੀਜ਼ ਲੱਗਣ ਨਾਲ ਜਾਨ ਚਲੀ ਗਈ ਸੀ ਪੋਸਟਮਾਰਟਮ ਦੀ ਰਿਪੋਰਟ ਵਿੱਚ ਸਪਸ਼ਟ ਹੋ ਗਿਆ ਸੀ ਕਿ ਸ਼ੁਭ ਦੀ ਜਾਨ ਬੁਲੇਟ ਇੰਜਰੀ ਕਰਕੇ ਗਈ ਹੈ ਇਸ ਦੀ ਜਾਂਚ ਕਰਨ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਂਚ ਕਮੇਟੀ ਬਣਾਈ ਸੀ ਕਿ ਜਾਨ ਕਿਵੇਂ ਗਈ ਬੁਲੇਟ ਕਿਹੜਾ ਸੀ ਤੇ ਕੀ ਇਸ ਨੂੰ ਪੁਲਿਸ ਨੇ ਚਲਾਇਆ ਸੋ ਇਹਨਾਂ ਸਾਰੇ ਪੱਖਾਂ ਦੀ ਜਾਂਚ ਚੱਲ ਰਹੀ ਹੈ ਭਾਰਤ ਦੇ ਵਿੱਚ ਪਾਬੰਦੀਸ਼ੁਦਾ ਜਥੇਬੰਦੀ 6 ਫਾਰ ਜਸਟਿਸ ਦੇ ਮੁਖੀ ਤੇ ਖਾਲਿਸਤਾਨੀ ਲੀਡਰ ਗੁਰਪਤਵੰਦ ਸਿੰਘ ਪੰਨੂ ਖਿਲਾਫ ਕਥਿਤ ਰਾਜਿਸ ਦੇ ਮਾਮਲੇ ਦੀ ਭਾਰਤ ਅਤੇ ਅਮਰੀਕਾ ਸਾਂਝੇ ਤੌਰ ਤੇ ਜਾਂਚ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਭਾਰਤ ਵਿੱਚ ਅਮਰੀਕੀ ਐਮਬੈਸਡਰ 에ਰਿਕ ਗੈਸੇਟੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਸਰਕਾਰ ਦੇ ਮੁਲਾਜ਼ਮ ਨੂੰ ਵਿਦੇਸ਼ੀ ਨਾਗਰਿਕ ਨੂੰ ਖਤਮ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਇਹ ਕਿਸੇ ਵੀ ਦੇਸ਼ ਦੇ ਸਨਮਾਨ ਤੇ ਉਸ ਦੀ ਹੋਂਦ ਨਾਲ ਜੁੜਿਆ ਮਾਮਲਾ ਹੈ ਇੱਕ ਰੈੱਡ ਲਾਈਨ ਯਾਨੀ ਕਿ ਲਕਸ਼ਮਣ ਰੇਖਾ ਹੁੰਦੀ ਹੈ ਜਿਸ ਨੂੰ ਪਾਰ ਨਹੀਂ ਕਰਨਾ ਚਾਹੀਦਾ ਐਮਬੈਸਡਰ 에ਰਿਕ ਨੂੰ ਪੁੱਛਿਆ ਗਿਆ ਕਿ ਪੰਨੂ ਭਾਰਤ ਨੂੰ ਧਮਕਾਉਂਦਾ ਹੈ ਜਿਸ ਤੇ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਬੋਲਣ ਦੀ ਆਜ਼ਾਦੀ ਹੈ ਅਸੀਂ ਬੋਲਣ ਦੀ ਆਜ਼ਾਦੀ ਦੀ ਰੱਖਿਆ ਕਰਦੇ ਹਾਂ ਅਸੀਂ ਕਿਸੇ ਵੀ ਮੁੱਲ ਨੂੰ ਦੂਸਰੇ ਮੁਲਕ ਦੇ ਹਵਾਲੇ ਕਾਨੂੰਨ ਦੇ ਹਿਸਾਬ ਨਾਲ ਕਰਦੇ ਹਾਂ ਜੇ ਸਿਰਫ ਬੋਲਣ ਤੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਹਾਲਾਤ ਹੱਥਾਂ ਚੋਂ ਨਿਕਲ ਜਾਣਗੇ ਤੇ ਮਾਹੌਲ ਖਤਰਨਾਕ ਹੋ ਸਕਦਾ ਫ੍ਰੀ ਸਪੀਚ ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਐਰਿਕ ਨੇ ਕਿਹਾ ਕਿ ਕਈ ਲੋਕ ਕਹਿੰਦੇ ਨੇ ਅਸੀਂ ਪੰਨੂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ ਇਸ ਦਾ ਜਵਾਬ ਕਹਿੰਦੇ ਸਾਡਾ ਸਿਸਟਮ ਐਂਗਲ ਹੈ ਮੈਂ ਐਮਬੈਸਡਰ ਹਾਂ ਰੂਲ ਨਹੀਂ ਬਦਲ ਸਕਦਾ ਇਸ ਮਸਲੇ ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਵੀ ਜਵਾਬ ਆਇਆ ਹੈ ਉਹਨੇ ਕਿਹਾ ਕਿ ਗਰਮ ਖਿਆਲੀ ਗੁਰਪਤਵੰਦ ਸਿੰਘ ਪੰਨੂ ਦੀ ਸਾਜ਼ਿਸ਼ ਵਿੱਚ ਇੱਕ ਸਰਕਾਰੀ ਅਧਿਕਾਰੀ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਵਿੱਚ ਭਾਰਤ ਦਾ ਰਾਸ਼ਟਰੀ ਸੁਰੱਖਿਆ ਹਿੱਤ ਸ਼ਾਮਲ ਹੈ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਰਸੇਟੀ ਦੇ ਬਿਆਨ ਤੇ ਇੱਕ ਸਵਾਲ ਦਾ ਜਵਾਬ ਦਿੰਦੇ ਉਹਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਇਸ ਲਈ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਸ ਜਾਂਚ ਵਿੱਚ ਸਾਡੇ ਆਪਣੇ ਕੌਮੀ ਸੁਰੱਖਿਆ ਹਿੱਤ ਵੀ ਸ਼ਾਮਲ ਨੇ ਯਾਨੀ ਕਿ ਇਸ ਮਾਮਲੇ ਦੀ ਲਗਾਤਾਰ ਚੱਲ ਰਹੀ ਹੈ ਤੇ ਭਾਰਤ ਨੇ ਕਦੇ ਵੀ ਇਸ ਮਾਮਲੇ ਦੀ ਜਾਂਚ ਤੋਂ ਇਨਕਾਰ ਨਹੀਂ ਕੀਤਾ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਛੇਤੀ ਮਿਲਾਂਗੇ ਐਮਰਜੈਂਸੀ ਬੁਲੇਟਨ ਦੇ ਨਾਲ ਧੰਨਵਾਦ